जी बुलेटिन का आगाज कर लेने 26 जुलाई इतिहास के पन्नों से अंकित वह दिन जिस दिन कारगिल युद्ध दौरान भारतीय सेना ने पाकिस्तानी सेना से जित हासिल की थी। साल 1999 में हुए कारगिल युद्ध के अज 16वें वरेगंढ के मौके से कारगिल विजय दिवस मौके रक्षा मंत्री मनोहर पारिकर ने अमर जवान ज्योति से शहीदों को श्रद्धा के फुल अर्पण किए। उधर अज रेडियो से 10वीं बार मन की बात के जरिए प्रधानमंत्री मोदी ने भी कारगिल के शहीदों को याद किया। 26 जुलाई हमारे देश के इतिहास में कारगिल विजय दिवस के रूप में अंकित है। देश के किसान का नाता जमीन से जितना है उतना ही देश के जवान का भी है। कारगिल युद्ध में हमारा एक एक जवान 100-100 दुश्मनों पर भारी पड़ा। गल कर लैने पंजाब दी सियासत दी, जिथे पंजाब दे विच कांग्रेस दे साबका मुख्यमंत्री कैप्टन अमरिंदर सिंह अते मौजूदा प्रधान प्रताप सिंह बाजवा जल्द ही इको मंच ते नजर आउणगे। इह खुलासा किसे होर ने नहीं बल्कि प्रताप सिंह बाजवा ने खुद पत्रकारां दे नाल रूबरू हुंदिया कीता। अमृतसर पहुंचे बाजवा ने कैनेडा अमेरिका विच अकाली आगुआं दे विरोध ते विच चुटकी लई है। बाजवा ने दावा कीता कि 2017 विधानसभा चोणां दे दौरान पंजाब विच कांग्रेस ही इको इक बदल होवेगा। आम आदमी पार्टी की खिली उड़ाउंदिया भाजपा ने कहा कि आम आदमी पार्टी उस जहाज दे वांग है जिसका कोई भी पायलट नहीं है। जो पुरा वगद संकेत होंगे ने बरसात आने वाली, यह पुरा कैनेडा अमेरिका तो वगना शुरू हो संकेत पंजाब च ने। पंजाब लोगों नूं डराया धमकाया गया पुलिस केसिस तो, नौजवान बच्चों नूं कोई नशा ना पा देन, कोई ड्रग्स का केस ना पा देन, कोई होर केस ना फसा देन, अदरवाइज तो लोग दे आर अप इन आर्म्स अगेंस्ट। गल कर कर चुकी है जिथे भी है कि जिन्ना चिर पास्ट एक्सपीरियंस ना हो एडमिनिस्ट्रेशन का उन्ना चिर नवीं पार्टियां एकदम उभर के हालात लोगों के सेंटीमेंट से खेल के एडवांटेज से लै सकती हैं, बट दे कैन नॉट डिलीवर। तो इस गल कारण कांग्रेस ਵਧੀਆ ਇਕੱਠੀ ਹੋ ਕੇ ਚੱਲੇਗੀ, ਇਕੱਠੀ ਹੋ ਕੇ ਮੈਦਾਨ ਚ ਲੜੇਗੀ ਤੇ ਜਿੱਤ ਪ੍ਰਾਪਤ ਕਰੇਗੀ। ਸਾਰਿਆਂ ਨੇ ਇਕੱਠੇ ਹੋ ਕੇ ਚੱਲਣਾ, ਗੱਲ ਤੇ ਇੰਨੀ ਕੀ ਹੋਈ। ਤੇ ਬਾਜਵਾ ਨੇ ਫੇਰ ਤੋਂ ਅਕਾਲੀ ਭਾਜਪਾ ਦੀ ਭਾਈਵਾਲੀ ਤੇ ਤਿੱਖਾ ਵਾਰ ਕੀਤਾ। ਉਹਨਾਂ ਗ੍ਰਾਂਟ ਨਾ ਮਿਲਣ ਤੇ ਸੂਬਾ ਸਰਕਾਰ ਨੂੰ ਭੁੱਖ ਹੜਤਾਲ ਦੀ ਧਮਕੀ ਦੇਣ ਤੇ ਨਵਜੋਤ ਕੌਰ ਸਿੱਧੂ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ ਨੇ। ਇਹਨਾਂ ਚ ਜਾਣ ਹੀ ਹੈਨੀ ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ ਖਲੋ। ਜੇ ਇਹਨਾਂ ਵਿੱਚ ਜਾਣ ਹੁੰਦੀ ਤੇ ਵਿਤਕਰਾ ਜਿਹੜਾ ਗੁਰੂ ਦੀ ਨਗਰੀ ਦਾ ਹੋ ਰਿਹਾ, ਜਿਹੜਾ ਮੱਕਾ ਸਿੱਖਾਂ ਦਾ, ਜਿਹੜਾ ਇੱਕ ਤੁਰਾ ਪੰਜਾਬੀਅਤ ਦਾ, ਉਹਦੇ ਨਾਲ ਕਦੀ ਨਾ ਹੁੰਦਾ ਜੇ ਇਹਨਾਂ ਬੰਦਿਆਂ ਦੇ ਵਿੱਚ ਕੋਈ ਬੰਦਿਆਂ ਵਾਲੀ ਗੱਲ ਹੁੰਦੀ। ਮੈਂ ਅਕਾਲੀ ਦਲ ਤੇ ਭਾਜਪਾ ਦੀ ਲੀਡਰਸ਼ਿਪ ਦੀ ਗੱਲ ਕਰ ਰਿਹਾ। ਜੇ ਇਹਨਾਂ ਦੇ ਵਿੱਚ ਇਫ ਦੇ ਹੈਡ ਦੀ ਲੈਗਸ ਟੂ ਸਟੈਂਡ ਆਨ, ਜੇ ਗੱਲ ਇਹ ਚੈਲੰਜ ਕਰਨ ਦੀ ਪੋਜੀਸ਼ਨ ਚ ਹੁੰਦੇ ਤੇ ਸਾਹਿਬ ਪ੍ਰਕਾਸ਼ ਸਿੰਘ ਇਹ ਕੰਮ ਨਾ ਕਰ ਸਕਦੇ। ਮੈਂ ਸਮਝਦਾ ਜੇ ਨਵਜੋਤ ਕੌਰ ਸਿੱਧੂ ਇਹ ਕਹਿ ਰਹੀ ਹੈ ਠੀਕ ਹੈ, ਉਹ ਕੋਸ਼ਿਸ਼ ਭਾਵੇਂ ਕਰ ਰਹੀ ਦੇਣਾ ਇਹਨੇ ਉਹਨੂੰ ਕੁਛ। ਮੈਂ ਤੇ ਉਹਨਾਂ ਨੂੰ ਰਾਏ ਪਹਿਲੇ ਵੀ ਦਿੱਤੀ ਸੀ, ਅੱਜ ਵੀ ਦਵਾਂ ਕਿ ਬਜਾਏ ਇਸ ਗੱਲ ਦੇ ਤੁਸੀਂ ਸੀਪੀਐਸ ਦੀ ਪੋਸਟ ਛੱਡ ਕੇ ਬਾਹਰ ਨਿਕਲੋ। ਤੁਸੀਂ ਇਹ ਗੱਲ ਕਹੀ ਹੈ ਕਿ ਜੀ ਮੈਂ ਚਾਹਾਂਗੀ ਅਗਲੀ ਵਾਰ ਇਕੱਲਿਆਂ ਲੜਨ, ਉਦੋਂ ਤੋਂ ਬਾਅਦ ਚ ਲੜਨਾ 18 ਮਹੀਨੇ ਪਹਿਲੇ ਛੱਡੋ। ਉਧਰ ਪੰਜਾਬ ਵਿਚ ਸਿਆਸੀ ਜ਼ਮੀਨ ਖੰਗਾਲ ਰਹੀ ਬਹੁਜਨ ਸਮਾਜ ਪਾਰਟੀ ਵੱਲੋਂ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਰਾਖਵਾਂਕਰਨ ਤੇ ਹੋਰ ਜਨ ਵਿਰੋਧੀ ਨੀਤੀਆਂ ਦੇ ਖਿਲਾਫ਼ ਪੰਜਾਬ ਬਚਾਓ ਅੰਦੋਲਨ ਦੇ ਤਹਿਤ ਗੁਰਾਇਆ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਦੀ ਅਗਵਾਈ ਬਸਪਾ ਦੇ ਸੀਨੀਅਰ ਆਗੂਆਂ ਨੇ ਕੀਤੀ, ਜਦਕਿ ਪ੍ਰਧਾਨਗੀ ਬਸਪਾ ਸੂਬਾ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਕਰ ਰਹੇ ਸਨ। ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਨੇਤਾ ਨਰਿੰਦਰ ਕਸ਼ਪ ਨੇ ਪੰਜਾਬ ਸਮੇਤ ਦੇਸ਼ ਭਰ ਵਿਚ ਦਲਿਤਾਂ, ਪਛੜੇ ਵਰਗਾਂ, ਕਿਸਾਨ ਮਜ਼ਦੂਰਾਂ ਤੇ ਕੀਤੇ ਜਾ ਰਹੇ ਅਤਿਆਚਾਰਾਂ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਅਨੁਸੂਚਿਤ ਜਾਤੀਆਂ ਤੇ ਪਛੜੇ ਵਰਗਾਂ ਨਾਲ ਹੋ ਰਹੇ ਹਰ ਪਾਸੇ ਧੱਕੇ ਤੇ ਵੀ ਕੜਾ ਇਤਰਾਜ਼ ਜਤਾਇਆ। ਵੱਧਦੇ ਅਗਲੀ ਖ਼ਬਰ ਦੇ ਵੱਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸੁਪਰੀਮ ਕੋਰਟ ਦੇ ਬੰਦੀ ਸਿੱਖਾਂ ਬਾਰੇ ਦਿੱਤੇ ਫੈਸਲੇ ਨੂੰ ਅਧੂਰਾ ਦੱਸਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵੱਲੋਂ ਸਿੱਖ ਕੈਦੀਆਂ ਨੂੰ ਪੈਰੋਲ ਤੇ ਰਿਹਾਅ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ ਤੇ ਕੈਦੀਆਂ ਦੀ ਰਿਹਾਈ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਜਥੇਦਾਰ ਅਵਤਾਰ ਸਿੰਘ ਨੇ ਲੋਕ ਸਭਾ ਸਾਂਸਦ ਓਵੈਸੀ ਵੱਲੋਂ ਮਹਿਮਨ ਦੀ ਫਾਂਸੀ ਦੇ ਮਾਮਲੇ ਵਿਚ ਸਿੱਖ ਕੈਦੀਆਂ ਬਾਰੇ ਦਿੱਤੇ ਬਿਆਨ ਦੀ ਵੀ ਨਿਖੇਧੀ ਕੀਤੀ ਹੈ। ਇਸ ਜ਼ਾਬਤੇ ਚ ਨਹੀਂ ਆਉਂਦੇ ਜਿਹੜਾ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ ਹੈ ਤੇ ਉਹਦੇ ਉਹਨਾਂ ਨੂੰ ਪੈਰੋਲ ਤੇ ਰਿਹਾਅ ਕਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਚਨਬੱਧ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਚਾਰਾਜੋਈ ਕਰੇਗੀ, ਬਸ਼ਰਤੇ ਕਿ ਉਹਨਾਂ ਦੇ ਪਰਿਵਾਰ ਸਾਨੂੰ ਆ ਕੇ ਮਿਲ ਕੇ ਸਾਨੂੰ ਚਾਰਾ, ਕਿਉਂਕਿ ਸਾਨੂੰ ਪਤਾ ਨਹੀਂ ਕਿੱਥੇ ਕਿੱਥੇ ਕਿਹੜਾ ਪਰਿਵਾਰ ਰਹਿੰਦਾ। ਦੇਖੋ ਅਦਾਲਤਾਂ ਦੇ ਫੈਸਲੇ ਉਹ ਓਵੈਸੀ ਦੇ ਕਹਿਤ ਨਹੀਂ ਹੋਣੇ,
ਔਰ ਉਹਨਾਂ ਨੂੰ ਜੇ ਉਹਨਾਂ ਨਾਲ ਬਹੁਤੀ ਉਹਦੀ ਹਮਦਰਦੀ ਹੈ ਤੇ ਉਹਨਾਂ ਨੂੰ ਆਪਣੇ ਤੌਰ ਤੇ ਜਿਹੜਾ ਉਹ ਕੰਮ ਕਰਨਾ ਚਾਹੀਦਾ, ਉਹਦੀ ਮੰਗ ਕਰਨੀ ਚਾਹੀਦੀ ਹੈ, ਨਾ ਕਿ ਇਹ ਕਹਿ ਦੇਣਾ ਚਾਹੀਦਾ ਵੀ ਇਹਨੂੰ ਫਾਂਸੀ ਤਾਂ ਦੇ ਜੇ ਫਲਾਣੇ ਨੂੰ ਫਾਂਸੀ ਤੇ ਚੜਾ ਦਿਓ। ਮੇਘਾਲਿਆ ਦੇ ਸ਼ਿਲੌਂਗ ਦੇ ਵਿਚ ਛੇਤੀ ਇਕ ਗੁਰੂ ਘਰ ਦੀ ਉਸਾਰੀ ਹੋਣ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੀ ਉਸਾਰੀ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ 25 ਲੱਖ ਰੁਪਏ ਦਿੱਤੇ ਜਾ ਰਹੇ ਨੇ। ਇਸ ਤੋਂ ਇਲਾਵਾ ਵਿਦੇਸ਼ਾਂ ਤੇ ਬਾਹਰਲੇ ਸੂਬਿਆਂ ਚ ਰਹਿੰਦੇ ਸਿੱਖਾਂ ਦੇ ਮਸਲਿਆਂ ਤੇ ਸ਼੍ਰੋਮਣੀ ਕਮੇਟੀ ਪੱਥਰ ਰੱਖਿਆ ਜਾ ਰਿਹਾ, ਉਹਦੇ ਵਾਸਤੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ 25 ਲੱਖ ਰੁਪਏ ਦੀ ਰਾਸ਼ੀ ਜਿਹੜੀ ਹੈ ਉਹ ਦੇਣ ਜਾ ਰਹੀ ਹੈ ਔਰ ਨਕਸ਼ਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿਆਰ ਕਰ ਲਿਆ ਜਿਹੜਾ ਕਿ ਅਸੀਂ ਥੋੜੇ ਦਿਨਾਂ ਦੇ ਵਿੱਚ, ਹੋ ਸਕਦਾ ਮੈਨੂੰ ਵੀ ਸ਼ਾਇਦ ਕਿਉਂਕਿ ਉਹ ਕਹਿ ਰਹੇ ਨੇ ਕਿ ਮੀਂਹ ਪੱਥਰ ਰੱਖਣ ਲਈ ਤੁਸੀਂ ਆਓ, ਹੋ ਸਕਦਾ ਵੀ ਮੈਨੂੰ ਜਾਣਾ ਪਵੇ, ਪਰ ਮੈਂ ਜੇ ਪੱਕਾ ਨਹੀਂ ਕਰਦਾ ਕਿਉਂਕਿ ਮੇਰੀ ਸਿਹਤ ਦੇ ਮੁਤਾਬਕ ਮੈਂ ਜੇ ਕਨਫਰਮ ਨਹੀਂ ਕਰਦਾ ਇਹ ਕਹਿੰਦੇ ਵੀ ਮੈਂ ਉਹ ਅਸੀਂ ਉਹ ਪੈਸੇ ਲੈ ਕੇ ਜਾ ਰਹੇ ਹਾਂ, ਜਦੋਂ ਮੀਂਹ ਪੱਥਰ ਰੱਖ ਦਿਆਂਗੇ ਫਿਰ ਅਸੀਂ ਹੋਰ ਵੀ ਜਿੰਨੀ ਮਦਦ ਹੋ ਸਕੇ ਅਸੀਂ ਕਰਾਂਗੇ। ਗੱਲ ਕਰਦੇ ਹਾਂ ਅਗਲੀ ਖਬਰ ਦੀ। ਸ੍ਰੀ ਹਰਿਮੰਦਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਗਿਆਨੀ ਮਹਿੰਦਰ ਸਿੰਘ ਤੇ ਢਾਡੀ ਗਿਆਨੀ ਕੁਲਵੰਤ ਸਿੰਘ ਬੀਏ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ ਨੇ। ਇਨ੍ਹਾਂ ਤਸਵੀਰਾਂ ਤੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਪਰਦਾ ਹਟਾਇਆ। ਉਨ੍ਹਾਂ ਕਿਹਾ ਕਿ ਗਿਆਨੀ ਮਹਿੰਦਰ ਸਿੰਘ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ ਪੰਥਕ ਹਲਕਿਆਂ ਲਈ ਮਹਾਨ ਤੇ ਨਿਧਰਕ ਹਸਤੀ ਸਨ, ਜਿਨ੍ਹਾਂ ਸਕੱਤਰ ਵਜੋਂ ਲੰਮਾ ਸਮਾਂ ਸੇਵਾ ਕੀਤੀ ਤੇ ਇਸ ਦੌਰਾਨ ਕਮੇਟੀ ਤੇ ਆਈਆਂ ਔਕੜਾਂ ਦਾ ਸੂਝ ਬੂਝ ਦੇ ਨਾਲ ਹੱਲ ਕੀਤਾ। ਇਸੇ ਤਰ੍ਹਾਂ ਗਿਆਨੀ ਕੁਲਵੰਤ ਸਿੰਘ ਵੀ ਇਹ ਪੰਥ ਦੇ ਨਾਮਵਾਰ ਢਾਡੀਆਂ ਵਿੱਚੋਂ ਇੱਕ ਸਨ। ਇਹਨਾਂ ਨੇ ਆਪਣੀ ਢਾਡੀ ਕਲਾ ਦੇ ਰਾਹੀਂ 20 ਸਾਲ ਪੰਥ ਦੀ ਸੇਵਾ ਕੀਤੀ ਹੈ। ਇਸ ਮੌਕੇ ਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਵੀ ਪੰਥਕ ਸ਼ਖਸੀਅਤਾਂ ਮੌਜੂਦ ਸਨ। ਪੰਥ ਦੀਆਂ ਦੋ ਬਹੁਤ ਹੀ ਮਹਾਨ ਸ਼ਖਸੀਅਤਾਂ ਦੇ ਚਿੱਤਰ ਜਿਹੜੇ ਨੇ ਉਹਨਾਂ ਦੀ ਯਾਦ ਨੂੰ ਸਦੀਵੀ ਯਾਦਗਾਰ ਬਣਾਉਣ ਲਈ ਅੱਜ ਸ਼ਿਸ਼ੋਰ ਕੀਤੇ ਗਏ ਨੇ। ਬਹੁਤ ਹੀ ਭਲੇ ਇਨਸਾਨ ਦੀ ਚਰਿੱਤਰ ਹੈ ਉਹ ਅਸੀਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਿਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੰਘ ਸਭਾ ਸਮੁੱਚੇ ਰੂਪ ਵਿੱਚ ਅਸੀਂ ਫਖਰ ਮਹਿਸੂਸ। ਤੇ ਅਗਲੀ ਖਬਰ ਦਿੱਲੀ ਤੋਂ ਹੈ ਜਿੱਥੇ ਸਿੱਖ ਮਿਸ਼ਨਰੀ ਲਹਿਰ ਦੇ ਮੋਢੀ ਬਜ਼ੁਰਗ ਪੰਥਕ ਵਿਦਵਾਨ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਮਿਸ਼ਨਰੀ ਦਿੱਲੀ ਵਾਲਿਆਂ ਨੂੰ ਗਿਆਨੀ ਦਿੱਤ ਸਿੰਘ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਆਸਟ੍ਰੇਲੀਆ ਵੱਲੋਂ ਅਵਾਰਡ ਦੇ ਨਾਲ 31,000 ਰੁਪਏ ਵੀ ਅਰਪਣ ਕੀਤੇ ਗਏ। ਇਹ ਅਵਾਰਡ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਗੁਰਮਤ ਐਜੂਕੇਸ਼ਨ ਸੈਂਟਰ ਦਿੱਲੀ ਵਿਖੇ ਉੱਘੇ ਸਿੱਖ ਵਿਦਵਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜਾਚਕ ਵੱਲੋਂ ਸੌਂਪਿਆ ਗਿਆ। ਸਿੰਘ ਸਾਹਿਬ ਗਿਆਨੀ ਜਾਚਕ ਨੇ ਕਿਹਾ ਕਿ ਸਿੰਘ ਸਭਾ ਲਹਿਰ ਦੇ ਮੋਢੀ ਤੇ ਕ੍ਰਾਂਤੀਕਾਰੀ ਗੁਰਮਤ ਪ੍ਰਚਾਰਕ ਗਿਆਨੀ ਸਿੰਘ ਜੀ ਦੀ ਕਮੀ ਸਦਾ ਹੀ ਪੰਥਕ ਦਰਦੀਆਂ ਨੂੰ ਭਾਸਦੀ ਰਹੇਗੀ। ਉਨ੍ਹਾਂ 300 ਦੇ ਲਗਭਗ ਕਿਤਾਬਚੇ ਤੇ ਦਰਜਨ ਦੇ ਕਰੀਬ ਪੁਸਤਕਾਂ ਕੌਮ ਦੀ ਝੋਲੀ ਪਾਉਣ ਲਈ ਪ੍ਰਿੰਸੀਪਲ ਸੁਰਜੀਤ ਸਿੰਘ ਦਾ ਧੰਨਵਾਦ ਜਤਾਇਆ। ਆਪ ਸਾਰੇ ਦਰਸ਼ਕਾਂ ਟਾਈਮ ਟੀ ਵੀ ਤੋਂ ਕਰੋ ਸੁਣਦੇ ਹੋ ਵਿਅਕਤ ਰੂਪ ਸੂਚਿਆ ਪਾਠ ਔਰ ਇਹਨਾਂ ਵੀਰਾਂ ਦਾ ਉਦਮ ਹੈ ਗੁਰਦੁਆਰਾ ਸਾਹਿਬ ਟਾਰਨੇਟ ਅਤੇ ਉਹਨਾਂ ਦੇ ਸੇਵਕਾਂ ਨੇ ਬਣਾਇਆ ਮਿਲ ਕੇ ਸ੍ਰੀ ਗੁਰਦੁਆਰਾ ਸਾਹਿਬ ਇੰਸਟੀਚਿਊਟ ਉਹਨਾਂ ਦੇ ਮਦਦ ਨਾਲ ਦਾਸ ਨੇ ਇੱਥੇ ਕੰਮ ਕੀਤਾ। ਤੁਹਾਡੇ ਸਾਹਮਣੇ ਇੱਕ ਰਿਜ਼ਲਟ ਆਇਆ ਜਿਹੜਾ ਇੱਕ ਇਤਿਹਾਸਕ ਕੰਮ ਹੈ। ਚੋਣਾਂ ਲੋਕਾਂ ਨੇ ਸੁਣਿਆ ਤੇ ਲੱਖਾਂ ਹੀ ਲੋਕਾਂ ਨੇ ਇਹ ਸੰਖਿਆ ਨਹੀਂ ਹੈ ਤੁਹਾਡੀ ਤੁਰ ਜਿਹੜੀ ਹੈ ਉਹ ਤੁਹਾਨੂੰ ਫੋਨ ਹੋ ਜਾਂਦਾ ਗੁਰਬਾਣੀ ਦੀ ਸੰਪੂਰਨ ਸੰਖਿਆ ਪ੍ਰਾਪਤ ਕੀਤੀ ਲੱਖਾਂ ਲੋਕਾਂ ਨੇ ਪਾਸੇ ਮੇਰ ਹੋਈ ਮੈਂ ਤੁਹਾਨੂੰ ਹਾਜ਼ਰੀ ਹਾਂ ਸ੍ਰੀ ਗੁਰੂ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੀ ਚੂੜ ਮੈਂ ਗਰਮ ਦਾ ਜਿਹਨਾਂ ਨੇ ਇਹ ਸੋਚ ਸੋਚੀ ਉਦੋਂ ਕੀਤਾ ਅੱਜ ਅਸੀਂ ਗਿਆਨੀ ਦਿੱਤ ਸਿੰਘ ਅਵਾਰਡ ਦੇਣ ਲਈ ਆਪ ਸਾਰਿਆਂ ਦੇ ਨਾਲ ਸਾਹਿਬ ਜੀ ਦੇ ਇਸ ਕੁੜੀਆਂ ਵਿੱਚ ਇਸ ਗੁਰਬਾਣੀ ਐਜੂਕੇਸ਼ਨ ਸੈਂਟਰ ਵਿੱਚ ਬੈਠੇ ਹਾਂ ਤਾਂ ਕਿ ਇਹਨਾਂ ਨੂੰ ਤੁਸੀਂ ਗਿਆਨੀ ਦਿੱਤ ਸਿੰਘ ਅਵਾਰਡ ਨਾਲ ਸਨਮਾਨਿਤ ਕਰ ਸਕਦੇ। ਅਗਲੀ ਖਬਰ ਚੰਡੀਗੜ੍ਹ ਤੋਂ ਹੈ ਜਿੱਥੇ ਮੇਕਅਪ ਦੀ ਦੁਨੀਆ ਵਿੱਚ ਪ੍ਰਸਿੱਧ ਪੁਣੇ ਦੇ ਮਸ਼ਹੂਰ ਮੇਕਅਪ ਆਰਟਿਸਟ ਬਾਬਾ ਮਹਿਰੂ ਨੇ ਬਿਊਟੀ ਕੰਪਨੀ ਔਰਨ ਦੇ ਨਾਲ ਮਿਲ ਕੇ ਔਰਨ ਦੇ ਵਿਦਿਆਰਥੀਆਂ ਨੂੰ ਮੇਕਅਪ ਦੀ ਆਧੁਨਿਕ ਟ੍ਰੇਨਿੰਗ ਦੇਣ ਲਈ ਸਮਝੌਤਾ ਕੀਤਾ। ਜ਼ਿਕਰਯੋਗ ਹੈ ਕਿ ਬਾਬਾ ਮਹਿਰੂ ਬਿਊਟੀ ਇੰਡਸਟਰੀ ਵਿਚ ਪਿਛਲੇ 20 ਸਾਲਾਂ ਤੋਂ ਹਜ਼ਾਰਾਂ ਲੋਕਾਂ ਨੂੰ ਮੇਕਅਪ ਦੀ ਟ੍ਰੇਨਿੰਗ ਦੇ ਚੁੱਕੇ ਨੇ ਔਰ ਇਹਦੇ ਡਾਇਰੈਕਟਰ ਦਿਨੇਸ਼ ਸੂਦ ਨੇ ਕਿਹਾ ਕਿ ਜੋ ਲੋਕ ਮੇਕਅਪ ਆਰਟਿਸਟ ਬਣਨਾ ਚਾਹੁੰਦੇ ਨੇ ਉਹ ਔਰ ਇਹਦੇ ਵਿਚ
ਬਾਬਾ ਮਹਿਰੂ ਦੇ ਕੋਲੋਂ ਸਿੱਖਣ ਤੋਂ ਬਾਅਦ ਆਪਣਾ ਭਵਿੱਖ ਹੋਰ ਸੁਰੱਖਿਅਤ ਕਰ ਸਕਦੇ ਨੇ। ਉਨ੍ਹਾਂ ਕਿਹਾ ਕਿ ਬਾਬਾ ਮਹਿਰੂ ਦੀ ਅਗਵਾਈ ਹੇਠ ਨਵੇਂ ਬੈਚ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ, ਜੋ ਕਿ ਮੇਕਅਪ ਆਰਟਿਸਟ ਬਣਨ ਦੇ ਚਾਹਵਾਨਾਂ ਲਈ ਚੰਗੀ ਖਬਰ ਹੈ। ट्रेनर्स के लिए हमने स्पेशली सेमिनार मिस्टर मेहरू को वी हैव कॉल्ड हिम फ्रॉम पुणे एंड ही इज अ वेरी वेल नोन मेकअप आर्टिस्ट एंड ही हैज डन वर्क विद बॉलीवुड एंड विद मेनी इंटरनेशनल ब्रांड्स। तो जो उनकी जितना भी लेटेस्ट इन्फॉर्मेशन है या जितनी भी लेटेस्ट टेक्निक्स है आज की डेट में आफ्टर थ्री डेज हमारे ट्रेनर्स पूरे अपडेटेड है अब लेटेस्ट टेक्निक्स के साथ एंड दे विल बी वर्किंग वेरी वंडरफुल इन दिस वीक। हुआ है उसमें जैसे हमने एक हॉलीवुड एक बॉलीवुड और एशियन और अरेबिक मेथड से एप्लीकेशंस कलर कॉम्बिनेशंस अलग अलग टेक्निक से किस तरह से आप अप्लाई कर सकते हैं ये हमने इस ट्रेनिंग्स में तीन दिन में सिखाया। उसके साथ एयर ब्रश मेकअप भी हमने सिखाया। एयर ब्रश में जो कलर कॉम्बिनेशंस थे या फिर मिक्सिंग मैच था या फिर डिस्टेंस या टेक्निकल जो पॉइंट ऑफ व्यू थे वो हमने एयर ब्रश में उनको सिखाया। श्री गुरु हरकृष्ण पब्लिक स्कूल SST नगर पटियाला विखे ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਾਇੰਸ, ਆਰਟ ਅਤੇ ਕਲਾ ਨੂੰ ਦਰਸਾਉਂਦੇ ਹੋਏ ਵੱਖ ਵੱਖ ਮਾਡਲ ਤਿਆਰ ਕੀਤੇ ਗਏ। ਇਸ ਮੌਕੇ ਤੇ ਸਕੂਲੀ ਵਿਦਿਆਰਥੀਆਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਆਪਣੇ ਵੱਲੋਂ ਤਿਆਰ ਕੀਤੇ ਗਏ ਮਾਡਲਾਂ ਦੇ ਬਾਰੇ ਜਾਣਕਾਰੀ ਵੀ ਦਿੱਤੀ। ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਵੱਖ ਵੱਖ ਮਾਡਲਾਂ ਵਿਚ ਉਨ੍ਹਾਂ ਦੀ ਕਲਾ ਦਾ ਹੁਨਰ ਵੇਖਿਆ ਹੀ ਬਣਦਾ ਸੀ। ਇਸ ਦੌਰਾਨ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲਾਂ ਦੇ ਡਾਇਰੈਕਟਰ ਮੈਡਮ ਜਸਵਿੰਦਰ ਕੌਰ ਦਰਦੀ ਖਾਸ ਤੌਰ ਤੇ ਬੱਚਿਆਂ ਵੱਲੋਂ ਲਗਾਈ ਪ੍ਰਦਰਸ਼ਨੀ ਨੂੰ ਵੇਖਣ ਲਈ ਪਹੁੰਚੇ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਦੀ ਭਰਪੂਰ ਹੌਸਲਾ ਅਫਜ਼ਾਈ ਕਰਦਿਆਂ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ। ਬੋਲਣ ਦਾ ਤਰੀਕਾ ਔਰ ਡਿਸਪਲੇ ਕਰਨ ਦਾ ਔਰ ਸਮਝਾਉਣ ਬਹੁਤ ਅੱਛਾ ਲੱਗਿਆ। ਮੈਂ ਬਹੁਤ ਖੁਸ਼ ਹਾਂ ਔਰ ਸਕੂਲ ਕੇ ਬੱਚੇ ਹੈ ਅੱਜ ਯਹਾਂ ਪੇ ਐਗਜ਼ੀਬਿਸ਼ਨ ਲੱਗੀ ਹੈ। ਆਪ ਦੇਖ ਹੀ ਸਕਤੇ ਹੈ ਬੱਚੋਂ ਨੇ ਕਿਤਨੇ ਅੱਛੇ ਅੱਛੇ ਮਾਡਲ ਦੇਖੀ ਕੈਸੇ ਵੇਸਟ ਮਟੀਰੀਅਲ ਯੂਜ ਕਰਕੇ ਪੈਨ ਸਟੈਂਡ ਬਣਾਏ ਔਰ ਵੀ ਯਹਾਂ ਪੇ ਬਹੁਤ ਸਾਰੇ ਮਾਡਲ ਹੈ ਯੇ ਸਭੀ ਵੇਸਟ ਮਟੀਰੀਅਲ ਯੂਜ ਕਰਕੇ ਬਣਾਏ ਗਏ। ਜੀ ਇਸੇ ਖਬਰ ਦੇ ਨਾਲ ਹੀ ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਜਲਦ ਹਾਜ਼ਰ ਹੋਵਾਂਗੇ ਕੁਛ ਹੋਰ ਖਬਰਾਂ ਦੇ ਨਾਲ, ਤੁਸੀਂ ਵੇਖਦੇ ਰਹੋ ਚੜ੍ਹਦੀ।